ਬਾਬਾ ਦੀਪ ਸਿੰਘ ਨਗਰ ਦੇ ਵਿਕਾਸ ਕਾਰਜ ਜੋਰਾਂ ਤੇ ਹਲਕਾ ਗਿੱਲ ਦੇ ਅਧੀਨ ਪੈਂਦੇ ਬਾਬਾ ਦੀਪ ਸਿੰਘ ਨਗਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਵਿਧਾਇਕ ਕੁਲਦੀਪ ਸਿੰਘ ਬੈਦ ਦੇ ਯਤਨਾਂ ਸਦਕਾ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮੌਕੇ ਤੇ ਪੁੱਜੀ ਫੋਕਸ ਪੰਜਾਬੀ ਦੀ ਟੀਮ ਨੂੰ ਸਾਬਕਾ ਸਰਪੰਚ ਲਾਲ ਸਿੰਘ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਬਾਬਾ ਦੀਪ ਸਿੰਘ ਨਗਰ ਦੇ ਵਿਕਾਸ ਕਾਰਜਾਂ ਵੱਲ ਥੋੜਾ ਵੀ ਧਿਆਨ ਨਹੀਂ ਦਿੱਤਾ ਗਿਆ, ਲੇਕਿਨ ਕਾਂਗਰਸ ਸਰਕਾਰ ਆਉਣ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਬੈਦ ਦੇ ਯਤਨਾਂ ਸਦਕਾ ਅੱਜ 63 ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭ ਹੋ ਚੁੱਕੇ ਨੇ, ਜਿਨ੍ਹਾਂ ਵਿੱਚ ਗਲੀ ਨੰਬਰ 7 ਤੋਂ 13 ਤੱਕ ਇੰਟਰਲਾਕਿੰਗ ਟਾਈਲਾਂ ਤੋਂ ਇਲਾਵਾ ਮੇਨ ਗਲੀ ਕੰਕਰੀਟ ਦੇ ਮਟੀਰੀਅਲ ਨਾਲ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਕੁਝ ਹਿੱਸਾ ਬਣ ਕੇ ਤਿਆਰ ਹੋ ਚੁੱਕਿਆ ਹੈ। ਹਾਂਜੀ, ਮੈਂ ਲਾਲ ਸਿੰਘ, ਸਾਬਕਾ ਸਰਪੰਚ ਬਾਬਾ ਦੀਪ ਸਿੰਘ ਨਗਰ ਤੋਂ। ਸਾਡੇ ਕਾਫੀ ਚਿਰ ਤੋਂ ਹੀ ਮਹੱਲੇ ਦੀਆਂ ਬੜੀਆਂ ਸਮੱਸਿਆ ਸੀਗੀਆਂ, ਕੰਮ ਨਹੀਂ ਸੀ, ਵਿਕਾਸ ਦਾ ਕੰਮ ਹੋਇਆ ਜਦੋਂ 6 ਮਹੀਨੇ ਹੋ ਗਿਆ ਸਰਪੰਚ ਦੀ ਡੈਥ ਹੋ ਗਈ ਸੀ। ਅਕਾਲੀ ਟਾਈਮ ਦੇ ਵਿੱਚ ਕੋਈ ਵੀ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ। ਹੁਣ ਕਾਂਗਰਸ ਸਰਕਾਰ ਵੱਲੋਂ MP ਸਾਹਿਬ ਨੇ ਸਾਡੇ 63 ਲੱਖ ਦੀ ਗ੍ਰਾਂਟ ਨਰੇਗਾ 'ਚ ਪਾਸ ਕਰਾ ਕੇ ਸਾਡੇ ਗਲੀਆਂ ਦਾ ਕੰਮ ਸ਼ੁਰੂ ਕਰਾਇਆ। ਜਿਹੜੀਆਂ ਗਲੀਆਂ ਇਹ ਸਾਡੇ ਗਿੱਲ ਹਲਕਾ ਪੈਂਦਾ, MLA ਕੁਲਦੀਪ ਸਿੰਘ ਬੈਦ, ਉਹਨਾਂ ਦੀ ਮਿਹਰਬਾਨੀ ਨਾਲ ਸਾਡੇ ਪਿੰਡ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ। ਗ੍ਰਾਂਟ ਵੱਲੋਂ ਸਾਨੂੰ ਕੋਈ ਨਾਂਹ ਨਹੀਂ। ਹੁਣ ਵੀ ਜਿੰਨਾ ਕੰਮ ਆ ਉਹ ਕਹਿੰਦਾ ਸਾਰੇ ਪਿੰਡ ਦਾ ਕੰਮ ਕਰਾਓ, ਨਾਲ ਹੀ ਪਾਣੀ ਦਾ ਅਤੇ ਗਲੀਆਂ ਇੰਟਰਲੋਕ ਬਣ ਰਹੀਆਂ ਅਤੇ ਨਾਲ ਇੰਟਰਲੋਕ ਬਣ ਰਹੀਆਂ। ਹਾਂਜੀ, ਸਾਡੀ ਵੈਦ ਸਾਹਿਬ ਵੱਲੋਂ ਮੈਨੂੰ ਚਾਰਜ ਲਾਇਆ ਹੋਇਆ ਸੀ ਏਰੀਏ ਦਾ, ਮੈਂ ਪਾਸ ਕਰਾਈ ਹਾਂ ਜੀ, ਅਤੇ ਜਿੰਨੇ ਵੀ ਗ੍ਰਾਂਟ ਆ ਮੈਂ ਆਪ ਨੱਠ ਭੱਜ ਕਰਕੇ ਆਪਣੇ ਪਿੰਡ ਲਈ ਪਾਸ ਕਰਾਈ ਹੈ, ਮੁਹੱਲੇ ਦੀਆਂ ਸਾਰੀਆਂ ਗਲੀਆਂ ਜੀ, ਸਾਰੀਆਂ ਗਲੀਆਂ ਦੀ ਇੰਟਰਲੋਕ ਬਣਨੀਆਂ। ਇਹ ਇੱਕ ਗਲੀ ਜਿਹੜੀ ਬਣਦੀ ਆ ਇਹ ਕੰਕਰੀਟ ਵਾਲੀ ਬਣਨੀ ਆ, 13 ਨੰਬਰ ਅਤੇ 7 ਨੰਬਰ, ਇਹ 13 ਨੰਬਰ ਜੀ, ਇਹ ਗਲੀ ਕਰੋਸ ਹੁੰਦੀ ਆ ਸਾਰੇ ਪਿੰਡ ਦੇ ਵਿੱਚ ਦੀ, 13 ਨੰਬਰ ਅਤੇ 7 ਨੰਬਰ ਜਾ ਕੇ ਪਾਸ ਹੁੰਦੀ ਹੈ, ਇਹ ਸਾਰੀ ਇੰਟਰਲੋਕ ਆ ਕੰਕਰੀਟ ਵਾਲੀ ਬਣਾਈ ਆ। ਬਾਕੀ ਦੀਆਂ ਜਿਹੜੀਆਂ ਛੋਟੀਆਂ ਗਲੀਆਂ ਉਹ ਸਾਰੀਆਂ ਇੰਟਰਲੋਕ ਆ, ਇੰਟਰਲੋਕ ਦਾ ਵੀ ਕੰਮ ਚੱਲ ਰਿਹਾ, ਮਾਲ ਸਟਾਇਆ ਹੋਇਆ ਸਾਰੀਆਂ ਗਲੀਆਂ ਦੇ ਵਿੱਚ। ਗ੍ਰਾਂਟ ਵੱਲੋਂ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਪੂਰਾ ਹੱਥ ਖੋਲ੍ਹਿਆ ਹੋਇਆ ਜੀ, ਸਾਨੂੰ ਮਹਿਕਮੇ ਵੱਲੋਂ ਵੀ ਜਿੰਨਾ ਮਰਜ਼ੀ ਕੰਮ ਕਰੋ, ਕਿਉਂਕਿ MP ਸਾਹਿਬ ਦੀ ਪੂਰੀ ਹੱਥ ਆ ਜੀ ਸਾਡੇ ਨਾਲ, ਕਹਿੰਦੇ ਪਿੰਡ ਦਾ ਕੋਈ ਵੀ ਕੰਮ ਨਹੀਂ ਲੈਣਾ ਚਾਹੀਦਾ। ਜਿੰਨੀਆਂ ਕਲੋਨੀਆਂ ਸਾਡੇ ਤਾਂ ਕੀ ਨਾਲ ਲੱਗਦੀਆਂ ਕਲੋਨੀਆਂ 'ਚ ਵੀ MP ਸਾਹਿਬ ਨੇ ਸਾਰਿਆਂ ਨੂੰ ਕਿਹਾ ਵੀ ਕਲੋਨੀਆਂ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਊਗਾ। ਨਹੀਂ ਵੈਸੇ ਕੋਈ ਮੁਸ਼ਕਲ ਨਹੀਂ, ਨੱਠ ਭੱਜ ਤਾਂ ਥੋੜ੍ਹੀ ਜਿਹੀ ਕਰਨੀ ਪੈਂਦੀ ਹੈ ਜੇ ਕੋਈ ਵੀ ਆਪਾਂ ਕੰਮ ਕਰਨਾ, ਘਰ ਦਾ ਵੀ ਕੋਈ ਕੰਮ ਕਰਨਾ, ਪਿੰਡ ਦਾ, ਤਾਂ ਆਪਣੀ ਨੱਠ ਭੱਜ ਤਾਂ ਕਰਨੀ ਪੈਂਦੀ ਹੈ ਜੀ। ਜੇ ਕੋਈ ਫਾਈਲਾਂ ਤਿਆਰ ਕਰਾ ਕੇ ਮਤੇ ਪਾ ਕੇ ਆਪਾਂ ਦੇਵਾਂਗੇ ਤਾਂ ਹੀ ਕੰਮ ਹੋਣਾ। ਇਹ ਤਾਂ ਸੇਵਾ ਲੱਗੀ ਹੈ ਜੀ, ਪਹਿਲਾਂ 10 ਸਾਲ ਸਰਪੰਚ ਲਗਾਤਾਰ ਰਿਹਾ ਮੈਂ ਜੀ, ਮੁਹੱਲੇ ਦੀ ਸੇਵਾ ਕਰਦੇ ਹਾਂ। ਲੁਧਿਆਣਾ ਤੋਂ ਗੁਰਮੀਤ ਰਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।